ਅਸੀਂ ਪੰਜਾਬ ਦੇ ਵਿੱਚ ਰਾਮ ਰਾਜ ਦੀ ਸਥਾਪਨਾ ਕਰਨੀ ਹੈ। ਇੱਕ ਪ੍ਰਣ ਜ਼ਰੂਰ ਲੈਣਾ ਹੈ। ਏਕੀ ਦੀ ਜਿੱਤ ਹੋਣੀ ਚਾਹੀਦੀ ਹੈ। ਦੁਸਹਿਰੇ ਦੇ ਮੌਕੇ ਤੇ ਮੈਨੂੰ ਤੁਹਾਡੇ ਵਿਚਕਾਰ ਆਉਣ ਦਾ ਮੌਕਾ ਮਿਲਿਆ ਹੈ। ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਇਤਿਹਾਸ ਹੈ। ਮੈਂ ਤੁਹਾਨੂੰ ਇਸ ਸਾਰਿਆਂ ਨੂੰ ਇਸ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ, ਪੰਜਾਬੀਆਂ ਨੂੰ। ਅੱਜ ਮੈਨੂੰ ਸ਼ਹੀਦ ਸੰਦੀਪ ਸਿੰਘ ਕੈਪਟਨ ਸਾਹਿਬ ਜਿਹੜੇ ਸ਼ਹੀਦ ਹੋ ਗਏ ਸੀ, ਉਹਨਾਂ ਦੇ ਬੁੱਤ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਮੈਂ ਉਹਨਾਂ ਦੇ ਮਾਤਾ ਪਿਤਾ ਤੋਂ ਆਸ਼ੀਰਵਾਦ ਲਿੱਤਾ ਹੈ। ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ। ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹੈ। ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਪਰਸੋਂ ਵੀ ਪੰਜ ਆਪਣੇ ਪੰਜਾਬ ਦੇ ਲੋਕ ਮੁੰਡੇ ਸ਼ਹੀਦ ਹੋਏ ਹੈ ਜੰਮੂ ਕਸ਼ਮੀਰ ਦੇ ਵਿੱਚ। ਮੈਂ ਵੀ ਕਰਮੇਸ਼ਨ ਤੇ ਜਾ ਕੇ ਆਇਆ। ਜਿਹੜਾ ਫੌਜ ਵਿੱਚ ਭਰਤੀ ਹੁੰਦਾ ਉਹ ਆਪਣੀ ਜਾਨ ਪਹਿਲਾਂ ਤਲੀ ਤੇ ਰੱਖ ਕੇ ਭਰਤੀ ਹੁੰਦਾ। ਮੈਂ ਹਮੇਸ਼ਾ ਕਹਿੰਦਾ ਇੱਕ ਫੌਜੀ ਇੱਕ ਮਾਸਟਰ। ਫੌਜੀ ਸਾਡਾ ਰਾਖੀ ਕਰਦਾ, ਮਾਸਟਰ ਸਾਨੂੰ ਸਿੱਖਿਆ ਦੇ ਕੇ ਤਿਆਰ ਕਰਦਾ। ਇਹ ਦੋਨੋਂ ਇਮਾਨਦਾਰ ਲੋਕ ਹੈ। ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਅਸੀਂ ਇਮਾਨਦਾਰੀ ਦੀ ਨੌਕਰੀ ਕਰਨ ਆ ਰਹੇ। ਇਸ ਕਰਕੇ ਮੈਨੂੰ ਮੇਰੇ ਮਨ ਦੇ ਵਿੱਚ ਇਹਨਾਂ ਦਾ ਬਹੁਤ ਬੜਾ ਸਤਿਕਾਰ ਹੈ। ਫੌਜੀ ਰੱਬ ਦਾ ਹੈ, ਦੂਜਾ ਨਾਂ ਲੱਗੇ ਮੇਰੇ ਵੀਰ ਵਰਗਾ, ਇੱਕ ਪਿੱਛੇ ਜੇ ਗਾਣਾ ਆਇਆ ਸੀ। ਫੌਜ ਦੇ ਵਿੱਚ ਜਦ ਕੋਈ ਬੰਦਾ ਭਰਤੀ ਹੁੰਦਾ ਤਾਂ ਉਹਦੇ ਇੱਕ ਅੰਦਰ ਜਜ਼ਬਾ ਹੁੰਦਾ ਦੇਸ਼ ਭਗਤੀ ਦਾ। ਤੇ ਅੱਜ ਸਾਨੂੰ ਸ਼ਹੀਦ ਦੇ ਬੁੱਤ ਦਾ ਉਦਘਾਟਨ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ। ਮੈਂ ਆਪਣੇ ਧੰਨ ਭਾਗ ਸਮਝਦਾ ਕਿ ਮੈਂ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਿਆ। ਮੈਂ ਕੁਛ ਜ਼ਿਆਦਾ ਨਹੀਂ ਬੋਲਣਾ, ਲੇਕਿਨ ਇੰਨਾ ਜ਼ਰੂਰ ਕਹਾਂਗਾ ਕਿ ਅੱਜ ਦੁਸਹਿਰੇ ਦਾ ਦਿਨ ਹੈ। ਇੱਕ ਪ੍ਰਣ ਜ਼ਰੂਰ ਲੈਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਰਾਮ ਰਾਜ ਦੀ ਸਥਾਪਨਾ ਕਰਨੀ ਹੈ। ਨੇਕੀ ਦੀ ਜਿੱਤ ਹੋਣੀ ਚਾਹੀਦੀ ਹੈ, ਉਹ ਕਰਕੇ ਦੇਣੀ ਹੈ। ਹਰ ਸ਼ਹਿਰੀ ਦੀ, ਹਰ ਪਰਿਵਾਰ ਦੀ, ਜਿਨ੍ਹਾਂ ਦੀ ਕਿਸੇ ਤੱਕ ਪਹੁੰਚ ਨਹੀਂ ਹੈ, ਉਹਨਾਂ ਦੀ ਪਹੁੰਚ ਬਣਾਉਣੀ, ਉਹਨਾਂ ਤੱਕ ਪਹੁੰਚ ਬਣਾ ਕੇ ਉਹਨਾਂ ਦਾ ਕੰਮ ਕਰਾਉਣੇ ਹੈ, ਉਹਨਾਂ ਦੇ ਨਾਲ ਖੜਨਾ ਹੈ। ਸ਼ਹਿਰਾਂ ਦੇ ਡਿਵੈਲਪਮੈਂਟ, ਜਿਹੜੇ ਸ਼ਹਿਰ ਪਿੱਛੇ ਰਹਿ ਗਏ ਉਹਨਾਂ ਨੂੰ ਅੱਗੇ ਲੈ ਕੇ ਆਉਣਾ। ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਬਠਿੰਡਾ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ ਆ, ਨੀਂਹ ਪੱਥਰ ਰੱਖੇ ਜਾ ਰਹੇ। ਸ਼ਹਿਰ ਦੇਖ ਕੇ ਜਿਸ ਤਰ੍ਹਾਂ ਦਾ ਆਉਣ ਵਾਲਾ ਸ਼ਹਿਰ ਬਣਾ ਰਹੇ ਹੈ ਮਨਪ੍ਰੀਤ ਸਿੰਘ ਬਾਦਲ ਜੀ, ਮੇਰਾ ਜੀ ਕਰਦਾ, ਮੈਂ ਕਿਹਾ ਮੈਨੂੰ ਇੱਥੇ ਰੱਖ ਲਓ ਯਾਰ, ਇੰਨਾ ਸੋਹਣਾ ਤੁਸੀਂ ਸ਼ਹਿਰ ਬਣਾਉਣਾ। ਨਹਿਰਾਂ ਪੱਕੀਆਂ ਹੋ ਰਹੀਆਂ, ਕਮਿਊਨਿਟੀ ਸੈਂਟਰ ਬਣ ਰਹੇ ਹੈ, ਪਾਰਕਾਂ ਬਣ ਰਹੀਆਂ ਤੇ ਪੁਲ ਬਣ ਰਹੇ ਹੈ। ਅੱਜ ਮੈਨੂੰ ਇਹਨਾਂ ਨੇ ਇੱਕ ਪਾਰਕ ਬਣਾਉਣ ਵਾਸਤੇ ਹੋਰ ਕਿਹਾ, ਸੈਰਗਾਹ ਬਣਾਉਣ ਵਾਸਤੇ ਕਿਹਾ। ਮੈਂ ਖਰੜ ਮਿਊਂਸੀਪਲ ਕਮੇਟੀ 'ਚ 3 ਵਾਰ MC ਰਿਹਾ, 2 ਵਾਰ ਮਿਊਂਸੀਪਲ ਕਮੇਟੀ ਦਾ ਪ੍ਰਧਾਨ ਰਿਹਾ। ਪਿੰਡ ਤੋਂ ਅਸੀਂ ਬਚਪਨ 'ਚ ਖਰੜ ਆ ਗਏ ਸੀ, ਸ਼ਹਿਰੀ ਹਾਂ ਮੈਂ, ਬਚਪਨ ਮੇਰਾ ਪੇਂਡੂ ਹੈ। ਮੈਂ ਪਿੰਡਾਂ ਸ਼ਹਿਰਾਂ ਦਾ ਸੁਮੇਲ ਹੈ, ਦੋਨੋਂ ਮੇਰੇ ਅੰਦਰ ਹੈ। ਸ਼ਹਿਰਾਂ ਦੀ ਕਿਸ ਤਰ੍ਹਾਂ ਤਰੱਕੀ ਹੋਣੀ ਮੈਨੂੰ ਸਮਝ ਹੈ, ਕਿਉਂਕਿ ਮੈਂ ਆਪ ਪੌੜੀ ਲਾ ਕੇ ਟਿਊਬਾਂ ਠੀਕ ਕਰੀਆਂ ਹੋਈਆਂ ਆਪਣੇ ਜਿੱਥੇ ਮੈਂ MC ਸੀ, ਜਿਹੜੇ ਦਾ ਤੁਹਾਡੇ ਵੀ MC ਕਰਦੇ ਹੋਣਗੇ। MC ਬਣਨਾ ਸਭ ਤੋਂ ਔਖਾ ਹੈ, ਮੁੱਖ ਮੰਤਰੀ ਬਣਨਾ ਸੌਖਾ ਹੈ, ਦੂਸਰੀ ਵਾਰ ਦਾ ਜਮਾਂ ਹੀ ਨਹੀਂ ਬਣਦਾ MC ਜੇ ਚੰਗਾ ਨਾ ਹੋਵੇ, ਕਿਉਂਕਿ ਅਗਲੇ ਕਹਿੰਦੇ ਯਾਰ ਤੂੰ ਜਾ, ਤੂੰ ਨਹੀਂ ਸਾਡੇ ਕੰਮ ਆਉਂਦਾ। ਮੈਨੂੰ 3 ਵਾਰ ਮੇਰੇ ਲੋਕਾਂ ਨੇ MC ਬਣਾਇਆ। ਪਹਿਲੀ ਵਾਰ ਜਿੰਨੇ ਵਾਰ ਜਿਤਾਇਆ ਸੀ, ਦੂਸਰੀ ਵਾਰ ਉਸ 'ਤੇ ਦੁੱਗਣਿਆਂ ਪਰ, ਤੀਸਰੀ ਵਾਰ ਉਸ 'ਤੇ ਦੁੱਗਣਿਆਂ ਪਰ,
उदे नाल करके मेरी जिहड़ी ग्रूमिंग है मैनू थले ते सिख्या मिली हुई है किस तरह मैं शहरां नू अगे लेके आउणा है किस तरह नालियां बंद करके सीवरेज पा के बिल्कुल साफ सुथरा मच्छर रहित हर तरीके का वधिया शहर बनाउणा है। हर शहर दे विच पार्क होनी चाहीदी है। अज मैं तो तुसी एक ऐलान कराण लगे हो कि बठिंडे दे विच पार्क बने, मैं अज बठिंडे वाले दे नौ पर सारे पंजाब च पार्क बनाउण दा ऐलान कर रहा। हर शहर दे विच एक शानदार पार्क बनाउणी है क्योंकि सेहत बहुत जरूरी है। साडा दुध खराब आ रहा है, साडे खाने खराब आ रहे हैं, इन्हां नूं ठीक करना है। लेकिन शाम नूं सैर करन वास्ते भेजना है सारिआं नूं, सवेरे सैर करनी है तां साडी तंदरुस्ती रहेगी, तां साडा अगे जीवन चंगा होएगा। खुले पार्क होने चाहिए बहुत जरूरी है शहरां दे विच। शहरां दी डिवेलपमेंट ते असीं खास ध्यान देण लगे हैं। शहरां दे पाणी, शहरां दे सीवरेज, शहरां दीआं पार्कां, बाजार, इन्हां नूं चंगा बनाउण वास्ते असीं काम करना शुरू कर दिता है। रात मैं 3:30 बजे सोया है। इस शहरां वास्ते ही 4 घंटे मीटिंग करी है अफसरां नूं बुला के कि शहरां नूं किस तरह वधिया बना सकीए, क्योंकि हर कोई शहर वल नूं आउंदा है। मैं भी, मेरा बापू 72 दे विच उठ के शहर दे विच आ गया, तरक्की हो गई, पढ़ाता सानू, लोग शहरीकरण हो रहा पंजाब दे विच। इहदे वास्ते सही शहर दी प्रोग्रेस होवे बड़ी जरूरी है। 11 फुट दी गलियां कट के अनऑथराइज कलोनी बसा के अगला चले जांदा है, ना घर कार आउंदी है बाद दे विच, ना उत्थे जा हुंदा है, स्लम बन के रह जांदा है। एक ब्यूंतबंद तरीके दी शहरां दी असीं तरक्की करवाउणा चाहुंदे हां। उहदे वास्ते लगातार असीं मीटिंगां कर रहे, थोड़े दिनां च तुहानूं अच्छे प्रोजेक्ट थोड़े सामने रखांगे। ते अज मैनूं बड़ी खुशी होई आ सामने स्कूल देख के, स्कूलां दी कायाकल्प कर रही है जिस तरह मनप्रीत सिंह बादल जी ने कीती है। ये मॉडल सारे पंजाब च लागू करांगे, थोड़ा सेध लवांगे। बठिंडे वाले हो, अज मैं पहली बारी किसी दे जाके बोलिया इस तरह एज मुख्यमंत्री, मैं कहना जी थोड़े मूहरे थान सुटिया, जो मर्जी करा लो। हुण जो FM साहब कहणगे वह बठिंडे च होएगा, बठिंडे की तरक्की होएगी। नाल नाल तुसीं रास्ता दिता, अज सारे पंजाब के शहरां की असी तरक्की वास्ते वध रहे। थोड़ा बहुत बहुत धन्यवाद। तुसीं अज काफ़ी गिणती दे विच कई जगह इकट्ठे होके बैठे हो, असी सारी जगह जाना, मैं ज़्यादा थोड़ा समा नहीं लैंदा। थोनू दशहरे की ते बंदी छोड़ दिवस की सारिआं नूं बहुत बहुत बधाई होवे। जय हिंद।